अगर आपने हमारे चैनल को सब्सक्राइब नहीं किया है तो इसे सब्सक्राइब कर लें। बार एसोसिएशन गिद्दड़बाहा के वकीलों की ओर से गिद्दड़बाहा के एसडीएम अर्शदीप सिंह का बैकआउट करने का अहम फैसला लिया है। वकीलों के अनुसार एसडीएम अर्शदीप सिंह ने उनके एक साथी वकील एसपी सहगल का केस बिना सुने ही डिसाइड कर दिया। इतना ही नहीं, एसडीएम अर्शदीप सिंह की ओर से उनके वकील के साथ दुर्व्यवहार भी किया गया, जिसके चलते समूचे गिद्दड़बाहा के वकीलों ने एसडीएम का बैकआउट करने का फैसला लिया है। बार एसोसिएशन के अनुसार आगामी दिनों में अगर गिद्दड़बाहा सीएम ने माफी नहीं मांगी तो पंजाब लेवल पर भी वकीलों की ओर से सख्त फैसला लिया जाएगा। जबकि दूसरी ओर एसडीएम अर्शदीप सिंह ने खुद को बेकसूर बताते हुए इस मामले को जेल सुलझा लेने की बात कही गई है। ਕ੍ਰਿਸ਼ਨ ਸਾਹਿਬ ਜਦੋਂ ਵੀ ਇੱਥੇ ਸਾਡੇ ਲੱਗੇ ਹੈ, ਇਹਨਾਂ ਦਾ ਕੋਈ ਵੀ ਵਕਤ ਨਹੀਂ ਕੋਰਟ 'ਚ ਬੈਠਣ ਦਾ। ਇਹ ਹਮੇਸ਼ਾ ਹੀ ਕਦੇ 4 ਵਜੇ, ਕਦੇ 4:30, ਕਦੇ 2:30 ਵਜੇ ਬਗੈਰ ਕਿਸੇ ਦੱਸੇ ਤੋਂ ਬੈਠ ਕੋਰਟ ਲਾ ਲੈਂਦੇ ਆ। ਸੋ ਕੱਲ੍ਹ ਵੀ ਇਹਨਾਂ ਨੇ 4:15 ਵਜੇ ਮਾਰਨੇ ਸ਼ੁਰੂ ਕੀਤੀਆਂ। ਜਦੋਂ ਮੈਂ ਗਿਆ, ਮੇਰੇ ਹਾਲਾਂਕਿ ਮੇਰੇ ਕਲਾਇੰਟ ਕੋਰਟ ਦੇ ਬਾਹਰ ਖੜ੍ਹੇ ਆ, ਕਲਾਇੰਟ ਬਾਹਰ ਖੜ੍ਹਨ ਦੇ ਬਾਵਜੂਦ ਮੈਂ ਗਿਆ ਤਾਂ ਮੈਨੂੰ ਜਾ ਕੇ ਪਤਾ ਲੱਗਿਆ ਕਿ ਮੇਰੀ ਜਿਹੜੀ ਅਪੀਲ ਇਹਨਾਂ ਨੇ ਡਿਸਮਿਸ ਕਰਤੀ ਹੈ ਮੇਰੇ ਨਾਂ ਆਉਣ ਦੀ ਵਜ੍ਹਾ ਕਰਕੇ। ਜਦੋਂ ਮੈਂ ਪੁੱਛਿਆ ਤਾਂ ਕਹਿੰਦੇ ਤੁਸੀਂ ਨਹੀਂ ਆਏ, ਇਸ ਕਰਕੇ ਮੈਂ ਖਾਰਜ ਕਰਤਾ। ਮੇਰੇ ਕੋਲ ਕਹਿਣ 'ਤੇ ਕਿ ਮੈਂ ਤਾਂ 5 ਵਜੇ ਤੱਕ ਇੱਥੇ ਰਹਿੰਦਾ ਅਤੇ ਮੇਰੇ ਕਲਾਇੰਟ ਵੀ ਬਾਹਰ ਖੜ੍ਹੇ ਆ, ਤੁਸੀਂ ਕਿਵੇਂ ਖਾਰਜ ਕਰਤੀ? ਕਹਿੰਦੇ ਮੈਂ ਤਾਂ ਇਸ ਤਰ੍ਹਾਂ ਹੀ ਕਰਦਾ ਹੁੰਦਾ ਅਤੇ ਮੈਂ ਤਾਂ ਇਸ ਤਰ੍ਹਾਂ ਹੀ ਕਰੂੰਗਾ। ਅਤੇ ਹੁਣ ਤੁਹਾਡਾ ਕੀ ਗਾਂਹ ਦਾ ਕੀ ਪ੍ਰੋਸੈਸ ਹੈ ਜੀ? ਗਾਂਹ ਦਾ ਪ੍ਰੋਸੈਸ ਇਹ ਹੈ ਵੀ ਸਾਡੀ ਮੀਟਿੰਗ ਬੁਲਾਈ ਸੀ ਬਾਹਰ ਰਹੇ ਸਾਰੇ ਨੇ, ਉਸ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਹੋਇਆ ਕਿ ਜਿੰਨਾ ਚਿਰ ਕ੍ਰਿਸ਼ਨ ਸਾਹਿਬ ਆਪਣੇ ਇਸ ਬਿਹੇਵ ਬਾਰੇ ਕੋਈ ਮਸਲਾ ਹੱਲ ਨਹੀਂ ਕਰਦੇ ਗਏ, ਉਹਨਾਂ ਚਿਰ ਇਹਨਾਂ ਦੇ ਕੋਰਟ ਦਾ ਬਾਈਕਾਟ ਰਹੂਗਾ। ਗਾਂਹ ਦੇ ਸੰਘਰਸ਼ ਬਾਰੇ ਕੀ ਹੈ ਜੀ? ਜੇਕਰ ਉਹ ਨਹੀਂ 2-4 ਦਿਨਾਂ 'ਚ ਕੋਈ ਸੌਰੀ ਪੇਸ਼ ਕਰਦੇ, ਫਿਰ ਅਸੀਂ ਖੈਰ ਅਥਾਰਟੀ ਨੂੰ ਮਿਲਾਂਗੇ ਇਹਨਾਂ ਦੇ ਨੂੰ, ਇਹਨਾਂ ਦੀ ਕੰਪਲੇਂਟਸ ਕਰਾਂਗੇ, ਸਾਰਾ ਕੁਝ ਦੱਸਾਂਗੇ ਇਹਨਾਂ ਇਹਨਾਂ ਦੇ ਬਾਰੇ, ਅਤੇ ਅਸੀਂ ਆਪਣਾ ਜਿਹੜਾ ਬਾਹਰ ਆਉਣ ਦਾ ਐਕਸ਼ਨ ਲਵਾਂਗੇ। ਬਾਹਰ ਦੀ ਤਰਫੋਂ ਫਿਰ ਨਾਲ ਵਾਲੇ ਪੰਜਾਬ ਲੈਵਲ 'ਤੇ ਵੀ ਸਟ੍ਰਾਈਕ, ਪੰਜਾਬ ਲੈਵਲ 'ਤੇ ਸਟ੍ਰਾਈਕ ਵੀ ਕਾਲ ਦੇਵਾਂਗੇ ਅਸੀਂ ਜੇ ਅਗਲਾ ਮਸਲਾ ਹੱਲ ਨਾ ਹੋ ਸਕੇ। ਚੜ੍ਹਦੀ ਜਗ੍ਹਾ ਵਾਲੇ ਟਾਈਮ ਟੀਵੀ ਵਾਲੇ ਦਾ ਉਹ ਕਹਿੰਦਾ ਸੀਗਾ ਹੈਲੋ ਹੈਲੋ ਐਸਡੀਐਮ ਸਾਹਿਬ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸ਼ਕਤੀ ਜਿੰਦਲ ਬੋਲਦੇ ਜੀ, ਪੱਤਰਕਾਰ। ਹਾਂਜੀ ਹਾਂਜੀ ਹਾਂਜੀ। ਸਰ ਇਹ ਜਿਹੜਾ ਆਪਣਾ ਵਕੀਲਾਂ ਵੱਲੋਂ ਬਾਈਕਾਟ ਕੀਤਾ ਗਿਆ ਆਪਣਾ, ਸਰ ਇਹ ਕੀ ਸੀ ਸਰ ਇਹ ਆਪਣੇ ਇਸ ਮਾਮਲਾ? ਕੋਈ ਰੈਜ਼ੋਲਿਊਸ਼ਨ ਹੈ ਕਿ ਇੱਕ ਵਕੀਲ ਵੱਲੋਂ ਐਲੀਗੇਸ਼ਨ ਹੈ ਕਿ ਮੈਂ ਉਹਦੇ ਨਾਲ ਮਿਸਬਿਹੇਵ ਕੀਤਾ, ਜਦੋਂ ਕਿ ਮੇਰੇ ਸਾਹਮਣੇ ਇੱਦਾਂ ਦੀ ਕੋਈ ਗੱਲ ਨਹੀਂ ਹੈ। ਅੱਛਾ ਅੱਛਾ ਜੀ, ਹਾਂ। ਅਤੇ ਜਿਸ ਤਰ੍ਹਾਂ ਸਰ ਉਹ ਮੈਨੂੰ ਕਹਿ ਰਹੇ ਆ, ਕਹਿੰਦੇ ਜੀ ਸੋਰੀ ਫੀਲ ਕਰਨਗੇ ਉਨੀ ਦੇਰ ਤੱਕ, ਕਹਿੰਦੇ ਸਾਡਾ ਬਾਈਕਾਟ ਰਹੇਗਾ। ਦੇਖੋ ਜੋ ਅਸੀਂ ਜੋ ਵੀ ਕਰੀਦਾ ਔਨ ਰਿਕਾਰਡ ਹੁੰਦਾ ਜੀ, ਉਹਦੇ ਵਿੱਚ ਇੱਦਾਂ ਸੀ ਕਿ ਉਹਦੇ ਵਿੱਚ ਬਹਿਸ ਸੀ ਤੇ ਉਹਨਾਂ ਨੂੰ ਲੱਗਿਆ ਕਿ ਮੈਂ ਉਹਨਾਂ ਦੀ ਬਹਿਸ ਸੁਣੀ ਨੀ, ਜਦੋਂ ਕਿ ਆਵਾਜ਼ ਦਿੱਤੀ ਗਈ ਉਹ ਬਹਿਸ 'ਚ ਆਏ ਨੀ, ਤੀਜੀ ਬਹਿਸ ਸੀ। ਸੋ ਜਦੋਂ ਨਹੀਂ ਆਏ ਤੇ ਉਹਨਾਂ ਦੀ ਫਿਰ ਬਿਨਾਂ ਸੁਣੇ ਉਹਨਾਂ ਦਾ ਕਰਨਾ ਪੈਂਦਾ, ਉਹਦੇ ਵਿੱਚ ਇੱਕ ਲਿਮਿਟ ਤੇ ਹੈ ਨਾ ਵੀ ਕਿੰਨੀ ਦੇਰ ਤੱਕ ਅਸੀਂ ਉਹ ਦੇਖਣਾ। ਆਵਾਜ਼ ਦੇ ਤੀ ਉਹਨਾਂ ਨੂੰ, ਉਹ ਕਹਿੰਦੇ ਕਿ ਅਸੀਂ ਬਹਿਸ ਕਰਨੀ ਹੀ ਅਜੇ, ਤੇ ਮੇਰੇ ਅਕੋਰਡਿੰਗ ਉਹ ਬਹਿਸ ਜਿਹੜੀ ਆ ਉਹ ਹੋ ਗਈ ਆਪਣੇ, ਉਹਦੇ ਚੋਂ ਸ਼ਾਮਿਲ ਨਹੀਂ ਹੋਏ ਕਿਉਂਕਿ ਤੀਸਰੀ ਵਾਰ ਮੌਕਾ ਦਿੱਤਾ ਸੀ। ਸੋ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ। ਇੰਨੀ ਕੁ ਗੱਲ ਹੈ ਉਹਦੇ ਵਿੱਚ, ਕੋਈ ਗੱਲ ਨਹੀਂ, ਮਾਈਨਰ ਇਸ਼ੂ ਸੋਰਟ ਆਊਟ ਕਰ ਲਾਂਗੇ ਬਾਹਰ ਦੇ ਨਾਲ। ਚਲੋ ਠੀਕ ਹੈ, ਥੈਂਕ ਯੂ ਸਰ। ਠੀਕ ਹੈ ਜੀ, ਠੀਕ ਹੈ ਜੀ। ਸਰ ਕੀ ਅੱਜ ਜਿਹੜਾ ਬਾਈਕਾਟ ਕੀਤਾ ਜੀ ਐਸਡੀਐਮ ਸਾਹਿਬ ਦਾ, ਕੀ ਮਾਮਲਾ ਕੀ ਹੈ ਜੀ? ਇਹ ਜੀ ਮਾਮਲਾ ਇਹ ਹੈਗਾ, ਕੱਲ ਸਾਡੇ ਵਨ ਆਫ ਦੀ ਸੀਨੀਅਰ ਐਡਵੋਕੇਟਸ ਹੈਗੇ ਆ ਸ਼੍ਰੀ ਐਸਪੀ ਸਹਿਗਲ, ਉਹਨਾਂ ਦਾ ਕੋਈ ਕੇਸ ਸੀਗਾ ਇਹਨਾਂ ਦੀ ਕੋਰਟ ਦੇ ਵਿੱਚ, ਉਹ ਐਸਡੀਐਮ ਸਾਹਿਬ ਨੇ ਜਿਹੜਾ ਇਹਨਾਂ ਨੂੰ ਬਿਨਾਂ ਸੁਣੇ ਡਿਸਾਈਡ ਕਰਤਾ। ਉਸ ਗੱਲ 'ਤੇ ਜਦੋਂ ਇਹਨਾਂ ਨੇ ਓਬਜੈਕਟ ਕੀਤਾ ਅਤੇ ਉਹ ਐਸਡੀਐਮ ਸਾਹਿਬ ਨੇ ਮਿਸਬਿਹੇਵ ਕੀਤਾ ਇਹਨਾਂ ਨਾਲ, ਉਸ ਗਰਾਊਂਡ ਦੇ ਉੱਤੇ ਅਸੀਂ ਜਿਹੜੀ ਹੈ ਵਰਕਆਊਟ ਅੱਜ ਪਾਇਆ, ਬਾਈਕਆਊਟ ਪਾਇਆ ਵਰਕਆਊਟ ਨੂੰ, ਅਤੇ ਉਹ ਸਿਰਫ ਅਸੀਂ ਐਸਡੀਐਮ ਸਾਹਿਬ ਦੀ ਕੋਰਟ ਦਾ ਜਿਹੜਾ ਬਾਈਕਆਊਟ ਕੀਤਾ ਹੈਗਾ। ਜਦੋਂ ਸਾਡੀ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਸਾਡੇ ਹੋਰ ਵੀ ਐਡਵੋਕੇਟ ਸੀਗੇ, ਉਹਨਾਂ ਨੇ ਦੱਸਿਆ ਕਿ ਜਿਹੜਾ ਐਸਡੀਐਮ ਸਾਹਿਬ ਦਾ ਬਿਹੇਵੀਅਰ ਆ ਐਡਵੋਕੇਟਸ ਦੇ ਨਾਲ, 1-2 ਜਣਿਆਂ ਦੇ ਨਾਲ ਹੋਰ ਇਹਨਾਂ ਦਾ ਬਿਹੇਵੀਅਰ ਠੀਕ ਨਹੀਂ ਸੀਗਾ। ਉਹਨਾਂ ਨੇ ਸਾਨੂੰ ਪਹਿਲਾਂ ਵੀ ਦੱਸਿਆ ਸੀ, ਪਰ ਅਸੀਂ ਚਲੋ ਇਗਨੋਰ ਕਰਤਾ ਕਿ ਨਵੇਂ ਆਏ ਆ, ਕਿ ਚਲੋ ਸੈੱਟ ਹੋਣ ਨੂੰ ਟਾਈਮ ਲੱਗਦਾ, ਬਟ ਹੁਣ ਥੋੜ੍ਹਾ ਜਿਹਾ ਹੋ ਗਿਆ ਅਤੇ ਇਸ ਚੀਜ਼ ਨੂੰ ਅਸੀਂ ਜਿਹੜਾ ਹੈਗਾ ਬਰਦਾਸ਼ਤ ਨਹੀਂ ਕਰ ਸਕਦੇ। ਇਸ ਸੰਬੰਧ ਵਿੱਚ ਜਿਹੜੀ ਸਾਡੀ ਮੀਟਿੰਗ ਹੋਈ ਹੈ, ਸਾਰੇ ਬਾਰ ਮੈਂਬਰਸ ਨੇ ਯੂਨੈਨਿਮਸਲੀ ਇੱਕ ਵੋਇਸ ਦੇ ਵਿੱਚ ਇਹ ਕੀਤਾ ਹੈ ਕਿ ਐਸਡੀਐਮ ਸਾਹਿਬ ਦੀ ਕੋਰਟ ਦਾ ਬਾਈਕਆਊਟ ਕਰ ਦਿਓ। ਕੋਈ ਟਾਈਮ ਨਹੀਂ ਰੱਖਿਆ ਉਹਨਾਂ ਨੇ,
ਉਹ ਬੋਇਕਾਟ ਉਨੀ ਦੇਰ ਤੱਕ ਰਹੂਗਾ ਜਿੰਨੀ ਦੇਰ ਤੱਕ ਉਹ ਆਪਣੀ ਜਿਹੜੀ ਆ ਗਲਤੀ ਉਹਨੂੰ ਫੀਲ ਨਹੀਂ ਕਰਦੇ, ਉਹਨੂੰ ਰਿਲਾਈਜ਼ ਨਹੀਂ ਕਰਦੇ ਅਤੇ ਬਾਹਰ ਕੋਲੋਂ ਮਾਫ਼ੀ ਨਹੀਂ ਮੰਗਦੇ। ਇਸ ਸੰਬੰਧੀ ਜਿਹੜਾ ਅਸੀਂ ਮਤਾ ਪਾਇਆ ਇਹ ਮਤੇ ਦੀ ਕਾਪੀ ਇੱਕ ਅਸੀਂ ਪ੍ਰੈਸ ਨੂੰ ਵੀ ਦਿੱਤੀ ਆ ਅਤੇ ਬਾਕੀ ਇਹਨਾਂ ਦੀ ਜਿਹੜੀਆਂ ਕਾਪੀਜ਼ ਹੈਗੀਆਂ ਅਸੀਂ ਇੱਕ ਕਾਪੀ ਚੀਫ ਸੈਕਟਰੀ ਸਾਹਿਬ ਨੂੰ ਭੇਜਣੀ ਹੈ ਪੰਜਾਬ, ਅਤੇ ਇੱਕ ਡੀ ਸੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਉਹਨਾਂ ਨੂੰ ਭੇਜਣੀ ਹੈਗੀ ਆ। ਜਦੋਂ ਤੱਕ ਅਸੀਂ ਬਾਇਕਆਊਟ ਜਿਹੜਾ ਵਿਦਡਰਾਅ ਨਹੀਂ ਕਰਦੇ, ਇਨ ਕੇਸ 4-5 ਦਿਨਾਂ ਦੇ ਵਿੱਚ ਜੇ ਇਹ ਨਹੀਂ ਇਸ ਚੀਜ਼ ਨੂੰ ਫੀਲ ਕਰਦੇ ਜਾਂ ਰਿਲਾਈਜ਼ ਕਰਦੇ, ਫਿਰ ਅਸੀਂ ਜਿਹੜਾ ਹੈ ਡਿਸਟ੍ਰਿਕਟ ਲੈਵਲ ਕਾਲ ਬੁਲਾਵਾਂਗੇ, ਸਾਰੇ ਰੈਵਨਿਊ ਕੋਰਟਸ ਦੀ ਅਸੀਂ ਜਿਹੜਾ ਬਾਇਕਆਊਟ ਕਰਾਂਗੇ। ਹਜੇ ਤਾਂ ਫਿਲਹਾਲ ਅਸੀਂ ਸਿਰਫ ਐਸ ਡੀ ਐਮ ਸਾਹਿਬ ਦੀ ਕੋਰਟ ਦਾ ਬਾਇਕਆਊਟ ਕੀਤਾ, ਬਟ ਇਫ ਦੀ ਸਿਚੁਏਸ਼ਨ ਪਰਸਿਸਟ ਦੈਨ ਵੀ ਵਿਲ ਬਾਇਕਆਊਟ ਆਲ ਦੀ ਰੈਵਨਿਊ ਕੋਰਟਸ। ਇਸ ਚੀਜ਼ ਦਾ ਅਸੀਂ ਫਿਰ ਪੰਜਾਬ ਲੈਵਲ 'ਤੇ ਵੀ ਕਾਲ ਦੇਵਾਂਗੇ, ਜਦੋਂ ਤੱਕ ਜਿਹੜੀ ਹਾਇਰ ਅਥਾਰਟੀਜ਼ ਆ ਉਹ ਇਸ ਚੀਜ਼ 'ਚ ਇੰਟਰਫੇਅਰ ਕਰਕੇ ਅਤੇ ਇਹਨਾਂ ਨੂੰ ਇਹਨਾਂ ਦੀ ਗਲਤੀ ਦਾ ਰਿਲਾਈਜ਼ ਨਹੀਂ ਕਰਾਉਂਦੇ, ਉਦੋਂ ਤੱਕ ਅਸੀਂ ਇਹ ਜਿਹੜਾ ਸੰਘਰਸ਼ ਹੈ ਚਾਲੂ ਰੱਖਾਂਗੇ। ਥੈਂਕ ਯੂ। गिद्दड़ बाहा से शक्ति जिंदल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।